ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਅਤੇ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਬੈੱਲ ਆਈਕਨ ਦਬਣਾ ਨਾ ਭੁੱਲਣਾ। ਇਸ ਵਾਰ ਮੱਗੇ ਦੀ ਮਜਬੂਰੀ ਉਸਦੀ ਪੁੱਤ ਵਰਗੀ 2.5 ਏਕੜ ਜ਼ਮੀਨ ਨੂੰ ਮੁੜ ਕੇ ਵੇਖਣ ਦੀ ਇਜਾਜ਼ਤ ਨਹੀਂ ਦਿੰਦੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪ ਜਗਦੀਪ। ਅੱਜ ਬਲਜੀਤ ਥਰਾਜ ਹੋਰਾਂ ਦੀ ਲਿਖੀ ਕਹਾਣੀ 2.5 ਏਕੜ ਜ਼ਮੀਨ ਲੈ ਕੇ ਹਾਜ਼ਰ ਹਾਂ ਜੀ। ਉਮੀਦ ਹੈ ਪਸੰਦ ਆਵੇਗੀ। ਪੇਸ਼ ਹੈ ਕਹਾਣੀ 2.5 ਏਕੜ ਜ਼ਮੀਨ। ਜਾੜਾਂ ਵਿੱਚ ਡੱਕਾ ਮਾਰ ਕੇ ਪਰਾਂ ਥੁੱਕਦੇ ਨਹੁਰੇ ਨੇ ਹੰਕਾਰ ਜਿਹੇ ਨਾਲ ਕਿਹਾ, ਵੇਖ ਮੱਗਿਆ, ਇੰਨੇ ਤਾਂ ਸਾਡੇ ਕੋਲ ਵੀ ਪੈਸੇ ਹੈ ਨਹੀਂ, ਬਸ ਮੰਗ ਮੰਗ ਕੇ ਡੰਗ ਜਿਹਾ ਸਾਰਨਾ। ਉਹ ਤਾਂ ਤੇਰੀ 2.5 ਏਕੜ ਜ਼ਮੀਨ ਸਾਡੇ ਖੇਤ ਨਾਲ ਲੱਗਦੀ ਕਰਕੇ ਬਸ ਐਵੇਂ ਪੰਗਾ ਜਿਹਾ ਲਈ ਜਾਂਦੇ ਹਾਂ। ਉਹ ਇੱਕ ਤਾਂ ਇਹ ਵਾਹਣ ਹੈ ਮਾਰੂ, ਵਿੱਚ ਮੋਟਰ ਨਹੀਂ ਮਾਟਰ ਨਹੀਂ, ਇੰਜਣ ਵਿੱਚ ਮਹਿੰਗੇ ਭਾਅ ਦਾ ਤੇਲ ਫੂਕ ਕੇ ਕਿੱਥੇ ਖੇਤੀਆਂ ਹੁੰਦੀਆਂ ਅੱਜ ਕੱਲ੍ਹ। ਮੱਗਾ ਖੇਤ ਵਿੱਚ ਢਈ ਜਿਹੀ ਕੋਠੜੀ ਕੋਲ ਬਣੇ ਆਰਜ਼ੀ ਚੁੱਲ੍ਹੇ ਦੀਆਂ ਕਾਲੀਆਂ ਹੋਈਆਂ ਦੋ ਇੱਟਾਂ ਹੇਠ ਉੱਤੇ ਰੱਖ ਕੇ ਬੈਠਾ ਧਰਤੀ ਉੱਤੇ ਡੱਕੇ ਨਾਲ ਲਕੀਰਾਂ ਜਿਹੀਆਂ ਮਾਰਦਾ ਹੋਇਆ ਚੁੱਪ ਚੁਪੀਤੇ ਨਹੁਰੇ ਨੂੰ ਸੁਣੀ ਜਾ ਰਿਹਾ ਸੀ। ਨਹੁਰੇ ਨੇ ਆਪਣੀ ਗੱਲ ਜਾਰੀ ਰੱਖਦਿਆਂ ਫੇਰ ਕਿਹਾ, ਵੈਸੇ ਵੀ ਹੁਣ ਜ਼ਮੀਨਾਂ ਦੇ ਰੇਟ ਬਹੁਤ ਘੱਟ ਗਏ, 16-17 ਲੱਖ ਨੂੰ ਤਾਂ ਝੋਟੇ ਦੇ ਸਿਰ ਵਰਗਾ ਕਿੱਲਾ ਮਿਲੀ ਜਾਂਦਾ, ਨਾਲੇ ਵਿੱਚ ਲੱਗਦਾ ਕੱਸੀ ਦਾ ਪਾਣੀ ਸ਼ੈਤ ਵਰਗਾ। ਇੱਕ ਤੇਰੀ ਤੰਗੀ ਨੂੰ ਵੇਖਦਿਆਂ ਦੂਜਾ ਤੂੰ ਬੰਦਾ ਆਪਣਾ ਕਰਕੇ ਤੇਥੋਂ 9 ਲੱਖ ਏਕੜ ਦੇ ਹਿਸਾਬ ਨਾਲ ਲੈ ਰਹੇ ਹਾਂ, 21-22 ਲੱਖ ਬਣ ਜਾਣਾ ਥੋੜ੍ਹਾ ਕਿਤੇ। 21-22 ਲੱਖ ਦਾ ਸਹੁਰਿਆਂ ਮੇਰਿਆਂ ਦਾ ਆਉਂਦਾ ਵੀ ਕੀ ਆ ਅੱਜ ਕੱਲ੍ਹ, ਉਸੇ ਤਰ੍ਹਾਂ ਧੌਣ ਲਮਕਾਈ ਬੈਠੇ ਮੱਗੇ ਨੇ ਕਿਹਾ, ਆ ਹਲੇ ਕੱਲ੍ਹ ਦੀ ਗੱਲ ਹੈ, ਤੇਰੀ ਭਰਜਾਈ ਦਾ ਇਲਾਜ ਕਰਾਉਣ ਲਈ 4-5 ਲੱਖ ਫੜਿਆ ਸੀ ਆੜ੍ਹਤੀਆਂ ਤੋਂ, ਬਚੀ ਫੇਰ ਵੀ ਨਹੀਂ ਵਿਚਾਰੀ। ਉਹ 5 ਲੱਖ ਨੂੰ ਵਿਆਜ ਲਾ ਲਾ ਕੇ 12-13 ਲੱਖ ਬਣਾਈ ਬੈਠੇ ਆ। ਜਦੋਂ ਕਿਤੇ ਘਰ ਦੇ ਗੁਜ਼ਾਰੇ ਲਈ ਥੋੜ੍ਹੇ ਬਹੁਤੇ ਪੈਸੇ ਮੰਗਣ ਜਾਈਦਾ, ਸਾਲੇ ਮੇਰੇ ਸੂਈ ਕੁੱਤੀ ਵਾਂਗੂ ਪੈਂਦੇ ਆ। ਘਰ ਵਿੱਚ ਜਵਾਨ ਧੀ ਵਿਆਹੁਣ ਵਾਲੀ ਬੈਠੀ ਆ, ਘਰ ਦਾ ਮੂੰਹ ਮੱਥਾ ਸਵਾਰਨ ਵਾਲਾ ਪਿਆ, ਐਤਕੀ ਮੀਹਾਂ 'ਚ ਸਾਰੇ ਪਿੰਡ ਦਾ ਪਾਣੀ ਘਰੇ ਆ ਵੜਿਆ, ਪੈਲੀ ਵੇਚੇ ਬਿਨਾਂ ਹੋਰ ਕੋਈ ਰਾਹ ਵੀ ਨਹੀਂ ਦਿਸਦਾ, ਅੱਜ ਨਹੀਂ ਤਾਂ ਕੱਲ੍ਹ ਭਲਕੇ ਵੇਚਣੀ ਪੈਣੀ ਆ। ਥੋੜ੍ਹਾ ਸਮਾਂ ਚੁੱਪ ਰਹਿਣ ਤੋਂ ਬਾਅਦ ਮੱਗਾ ਕਹਿੰਦਾ, ਚੰਗਾ ਬਾਈ ਨਹੁਰਿਆ, ਆਪਣੀ 9 ਲੱਖ 'ਚ ਗੱਲ ਪੱਕੀ। ਇਹ ਸੁਣ ਕੇ ਨਹੁਰੇ ਦੀਆਂ ਬਰਾਸ਼ਾਂ ਖਿੜ ਗਈਆਂ। ਉਹ ਆਪਣੇ 88 ਮਾਡਲ ਬੁਲਟ ਦੀ ਕਿੱਕ ਮਾਰਦਿਆਂ ਮੱਗੇ ਨੂੰ ਕਹਿੰਦਾ, ਚੰਗਾ ਫਿਰ ਕੱਲ੍ਹ ਨੂੰ ਆ ਜਾਈਂ ਆਪਣੀ ਹਵੇਲੀ, ਰਜਿਸਟਰੀ ਕਰ ਲਾਂਗੇ, ਨਾਲੇ ਆਪਣੇ ਪੈਸੇ ਵੀ ਲੈ ਜਾਈਂ, ਘਰ ਪਏ ਐਵੇਂ ਚੱਲ ਚੁੱਲ ਜਾਂਦੇ ਆ। ਨਹੁਰਾ ਤਾਂ ਆਪਣੇ ਬੰਬੂ ਕਾਟ ਦਾ ਧੂੰਆਂ ਛੱਡਦਾ ਹੋਇਆ ਖੇਤੋਂ ਚੱਲਿਆ ਆਇਆ ਸੀ, ਪਰ ਮੱਗੇ ਦਾ ਅੱਜ ਘਰ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਸੀ ਕਰ ਰਿਹਾ, ਸ਼ਾਇਦ ਕੱਲ੍ਹ ਨੂੰ ਜ਼ਮੀਨ ਦੀ ਬਲੀ ਦੇ ਦੇਣੀ ਕਰਕੇ। ਮੱਗਾ ਕਦੇ ਜ਼ਮੀਨ ਦੇ ਇਸ ਖੂੰਜੇ ਬੈਠਾ ਸੋਚੀ ਪੈ ਜਾਂਦਾ, ਕਦੇ ਉਸ। ਉਹ 20 ਸਾਲਾਂ ਤੋਂ ਆਪਣੀ ਇਸ 2.5 ਏਕੜ ਜ਼ਮੀਨ ਵਿੱਚ ਮਿਹਨਤ ਕਰਕੇ ਆਪਣੇ ਘਰ ਦਾ ਵਧੀਆ ਗੁਜ਼ਾਰਾ ਕਰੀ ਜਾ ਰਿਹਾ ਸੀ, ਪਰ ਵੱਧਦੀ ਮਹਿੰਗਾਈ ਅਤੇ ਘਰ ਵਿੱਚ ਬੜੀ ਬਿਮਾਰੀ ਨੇ ਉਹਦਾ ਲੱਕ ਤੋੜ ਦਿੱਤਾ। ਜਿਉਂ ਹੀ ਸੂਰਜ ਛਿਪਦਾ ਹੈ, ਮੱਗਾ ਵੀ ਕੋਠੜੀ ਦੇ ਆਲੇ ਦੁਆਲੇ ਆਪਣੇ ਹੱਥੀਂ ਲਾਏ ਦਰਖਤਾਂ ਨੂੰ ਅਲਵਿਦਾ ਆਖ ਕੇ ਤੁਰ ਪੈਂਦਾ ਹੈ। ਉਹ ਪਈ ਅਤੇ ਤੁਰਿਆ ਆਉਂਦਾ ਮੁੜ ਮੁੜ ਆਪਣੀ ਜ਼ਮੀਨ ਵੱਲ ਵੇਖਦਾ ਹੈ। ਉਹਨੂੰ ਲੱਗਦਾ ਹੈ ਜਿਵੇਂ ਜ਼ਮੀਨ ਉਸਨੂੰ ਰੋਕ ਰਹੀ ਹੋਵੇ, ਉਸ ਅੱਗੇ ਹਾੜੇ ਕੱਢ ਰਹੀ ਹੋਵੇ ਅਤੇ ਕਹਿ ਰਹੀ ਹੋਵੇ, ਇੱਕ ਵਾਰ ਹੋਰ ਪਸੀਨਾ ਵਹਾ ਕੇ ਵੇਖ ਲੈ ਜੱਟਾ, ਮੈਂ ਤੇਰੇ ਮੁੜਕੇ ਦਾ ਮੁੱਲ ਮੋੜਾਂਗੀ। ਉਹ ਥੋੜ੍ਹੇ ਟਾਈਮ ਲਈ ਭਾਵੇਂ ਫਿਰ ਉੱਥੇ ਰੁਕਦਾ ਹੈ ਅਤੇ ਆਪਣਾ ਫੈਸਲਾ ਬਦਲਣ ਬਾਰੇ ਸੋਚਦਾ ਹੈ, ਪਰ ਸਿਰ ਉੱਤੇ ਕਰਜ਼ੇ ਦੀ ਪੰਡ ਅਤੇ ਘਰ ਵਿੱਚ ਬੈਠੀ ਧੀ ਉਸਨੂੰ ਜਦੋਂ ਚੇਤੇ ਆਉਂਦੇ ਆ ਤਾਂ ਉਹਦੇ ਕਾਲਜੇ ਵਿੱਚੋਂ ਰੁੱਕ ਭਰਿਆ ਜਾਂਦਾ ਹੈ। ਅੱਥਰੂ ਉਹਦੀਆਂ ਅੱਖਾਂ ਵਿੱਚੋਂ ਕਿਰ ਕੇ ਉਸਦੀ ਟੁੱਟੀ ਜੁੱਤੀ ਨੂੰ ਚੁੰਮਣ ਲੱਗਦੇ ਹਨ। ਫਿਰ ਉਹ ਵੱਡਾ ਸਾਰਾ ਹੌਂਕਾ ਲੈਣ ਤੋਂ ਬਾਅਦ ਸਾਫੇ ਨਾਲ ਹੰਝੂ ਪੂੰਝਦਾ ਹੋਇਆ ਤਕੜਾ ਜਿਹਾ ਜੇਰਾ ਕਰ ਪਿੰਡ ਨੂੰ ਚਾਲੇ ਪਾ ਦਿੰਦਾ ਹੈ। ਉਹ ਇੰਨੀ ਦੂਰ ਨਿਕਲ ਜਾਂਦਾ ਹੈ ਕਿ ਉਸਦੀ ਜ਼ਮੀਨ ਕੋਲੋਂ ਉਸਦਾ 5 ਫੁੱਟ 9 ਇੰਚ ਦਾ ਕੱਦ ਸੀਖਾਂ ਵਾਲੀ ਡੱਬੀ ਜਿੰਨਾ ਦਿਖਾਈ ਦੇਣ ਲੱਗ ਪੈਂਦਾ ਹੈ। ਇਸ ਵਾਰ ਮੱਗੇ ਦੀ ਮਜਬੂਰੀ ਉਸਦੀ ਪੁੱਤ ਵਰਗੀ 2.5 ਏਕੜ ਜ਼ਮੀਨ ਨੂੰ
ਮੁੜ ਕੇ ਵੇਖਣ ਦੀ ਇਜਾਜ਼ਤ ਨਹੀਂ ਦਿੰਦੀ। ਦੋਸਤੋ, ਇਹ ਸੀ ਬਲਜੀਤ ਥਰਾਜ਼ ਹੋਰਾਂ ਦੀ ਲਿਖੀ ਕਹਾਣੀ 2.5 ਏਕੜ ਜ਼ਮੀਨ। ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੀ ਵਾਰੀ ਫਿਰ ਇੱਕ ਨਵੇਂ ਰੰਗ ਦੇ ਨਾਲ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।